वा गुरु वा गुरु वा गुरु नहीं नहीं वा गुरु वा गुरुजी का खालطا वा गुरुजी की कृपा ਗੁਰਮੁਖੀ class ਗੁਰਬਾਣੀ ਸੰਗਠ ਜੁੜ ਬੈਥੇ ਸਾਰੇ ਵੀਰ ਪੈਰਾਂ ਨੂੰ ਮੈਂ ਜਿਆ ਆਪਦਾ ਵੈਲਕਮ ਆਪਦਾ ਹਾਂ ਅੱਜ ਦਾ ਜੋ ਨਵਾਂ ਵਾਵਲ ਅਸੀਂ ਸ਼ੁਰੂ ਕਰਨਾ ਹੈ ਤੇਰੀ ਨਵੀਂ ਮਾਤਰਾ ਉਹ ਹੈ ਔਂਕੜ ਦੁਲੈਕਰ ਪਰ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ 35 ਅੱਖਰ ਗਿਣੇ ਨੇ ਮੁਕਪਾ ਕੰਨਾ ਲਾ ਦੁਲਾ ਸਾਰੀ داری ਜਿਹੜੇ ਇਹ ਅਸੀਂ ਕਰ ਚੁੱਕੇ ਹਾਂ ਮੈਂ ਇੱਕ ਵਾਰੀ ਆਪ ਦੀ ਨਾਲ ਰਿਵਾਈਜ਼ ਕਰਾਂਗਾ ਤਾਂ ਕਿ ਇੱਕ ਉਹਨਾਂ ਦੇ ਤੰਦ ਨਾਲ ਸਾਡਾ ਰਿਵੀਜ਼ਨ ਜੋ ਹੈ ਉਹ ਨਾਲ-ਨਾਲ ਚੱਲਦਾ ਰਹੇਗਾ ਆਪ ਸਾਰਿਆਂ ਨੂੰ ਬੇਨਤੀ ਹੈ ਸਾਹਮਣੇ ਸਕਰੀਨ ਤੇ ਦੇਖ ਕੇ ਪੂਰੇ ਅਟੈਂਟਿਵ ਹੋ ਕੇ ਜਸ ਲਾਈਕ ਇਟ ਕਲਾਸ ਅੱਖਾਂ ਦੇ ਨਾਲ ਦੇਖਣਾ ਹੈ ਮੂੰਹ ਦੇ ਨਾਲ ਬੋਲਣਾ ਹੈ ਕੰਨਾਂ ਨਾਲ ਸੁਣਨਾ ਹੈ and what you speak and what you listen you have to make different between those ajda you are speaking or you are uh, wrong or the right lok nu pata lag jayega main ik likhya ha tusi onu ik padhya ha ta eda matlab tade uss tonu apni galti da pata lag jayega ta aao ithon 33 to shuru karde haan ਅਗੇ ਸਾਰਿਆਂ ਨੇ ਦੇਖਣਾ ਹੈ ਬੋਲਣਾ ਹੈ ਸੁਣਨਾ ਹੈ ਐਂਡ 3 ਆਰਗਨ ਸ਼ੁੱਡ ਵਰਕ ਤੋਂ ਕਾਇਦਾ ਨਾਲ ਨਾਲ ਕੰਮ ਕਰਨਾ ਚਾਹੀਦਾ ਹਾ ਊੜਾ ਐੜਾ ਈੜੀ ਸਸਾ ਹਾ ਹਾ ਕਕਾ ਖਖਾ ਗਗਾ ਗਗਾ ੰਗੰ ਤਚ ਛਚ ਜਜ ਚਜ ਣਣ ਟੰਕ ਠਠ ਦੱਡ ਤੱਡ ਅਣਾਣਾ ਤੱਤਾ ਠਥ ਦੱਬ ਤੱਦ ਨੰਨਾ ਪੱਪਾ ਪੱਪਾ ਬੱਬਾ ਅੱਬਾ ਮੱਮਾ ਯੱਯਾ ਰਾਰਾ ਲੱਲਾ ਵਾਵਾ ਅੜਾੜਾ ਅਰੇ ਨਾਲ ਅਸੀਂ ਪਹਿਲਾ ਮੁਕਤਾ ਵਾਲੇ ਵਰਡ ਤੇ ਨਾਲ ਕੋਲ ਜੋ ਮਿਕਸ ਆਪ ਤਿੰਨ ਵਰਡ ਵਾਲੇ ਸਿਆਰੀ-ਦਿਆਰੀ ਕੰਬਾਈਨ ਕਰਕੇ ਸਿੱਖਣ ਦਾ ਬੋਲਣ ਦਾ ਹੁਣ ਅਦਾ ਦਤਨ ਕਰਾਂਗੇ ਅਸ ਅੱਜ ਅਕ ਅੱਠ ਅੱਦ ਆਣਾ ਅਤ ਅਰ ਅਲ ਅਰ ਅਬ ਅਖ ਅਗ ਅਘ ਆਪਣਾ ਅਜਾਨ अड़िल अकली अमित अमली अम्माली, अहारी, असल अमान अपना अपनी अंजील आदत आकाश ਉਹਨਾਂ ਸਸੇ ਅੱਖਰ ਨਾਲ ਅਸੀਂ ਅੱਖਰ ਪੜਨ ਦਾ ਸ਼ਤਨ ਕਰਾਂਗੇ ਗਿਮੀ ਮੈਨਰ ਆਵਲ ਵਨ ਟੈਕਸ ਸਮਨ ਆ ਤਾਂ ਕਿ ਉਹ ਵੀ ਜੁਆਇਨ ਕਰ ਲੈਣ ਹਾਂ ਜੀ ਬੇਟਾ ਆਮ ਸੌਰੀ ਮੈਂ ਥੋੜੀ ਗਿਆਨ ਕਰ ਲਣਗੇ ਉਹਨਾਂ ਨੂੰ ਮੈਸੇਜ ਮਿਲਿਆ ਨਹੀਂ ਹੋਣਾ ਤਾਂ ਸਸੇ ਅੱਖਰ ਨਾਲ ਅਸੀਂ ਕੋਈ ਅੱਖਰ ਮਗਕਾ ਪ੍ਰਵਾਵਲਸ ਨੂੰ ਸਮਝਾਂਗੇ ਸਸ ਤਜ ਤਜ ਸਟ ਸਠ ਸਪ ਸਬ ਸਭ ਹਮ ਸਾਰ ਤਲ ਥੜਾ ਤਪ ਤਪ ਸਦ ਸਮਰ ਸਵੇਰ ਸਵੇਰਾ ਸਾਜਨ ਸਾਜਨਾ ਸਾਜਨੋ ਥੜਕ ਤਤਰ ਸਦਨ ਤਮਰ ਹਮੇਰ ਸਮਤ ਸਲਲ सबर सर्ब सरना सपेरा हम हाहे असी समझा गे हस हक हग हट हठ हड हज हच हज हण हव हाथ, हद हन हफ हाफ हब हम हर हल हद हमर हमरा हमारा हमारे हमारी हसन हसना हसाना अकल हलीमी हकीकत हिमाका हिमालय हरजीत पक्के ਨਾਲ ਅਸੀਂ ਸਮਝੰਦਾ ਯਤਨ ਕਰਾਂਗੇ ਕਸ ਕਖ ਕਚ ਕਛ ਕਜ ਕਟ ਕਥ ਕਡ ਕਢ ਕਣ ਤਤ ਕਥ ਕਦ ਕੰਨ ਕਰ ਕਪ ਕਫ ਕਬ कर कल कल कलेश कलम कलमा केल केला केले कबर कदर कीमत कीमती कड़क के दारा किरण किरने ਕਚੜ ਕਥਨੇ ਉਹ ਖਖੇ ਅੱਖਰ ਨਾਲ ਅਸੀਂ ਸਮਝਦਾ ਦਤਨ ਕਰਾਂਗੇ ਖਗ ਖੱਜ ਖੱਜ ਖੱਟ ਖੱਠ ਖੱਡ ਖਾਣ ਖੱਤ ਖੰ ਖੱਪ ਖਰ हल ख़, और खाब खाओ खर्चा सॉरी खर्च खर्चा खर्चे खते खता खड़क खेल खेले तीर तीरा तीरे फलकथ खेप ਛੇ ਛੱਤਰ 17 ਛੱਰੇ ਖੜਕੂ ਖਿਚੜੀ ਖਿਮਾ ਫਰਜੀ ਫੇਲਵਾਰ ਛਿਲਣਾ ਛਦਾ ਥੇਮ ਥੇਨੇ ਥੇੜਣਾ ਛਿਦਾਣਾ ਅਭੀਰ

ਗੱਪ ਗਮ ਗੜ ਗੱਲ ਗਦੇ ਗਲਤ ਗਲਾ ਗਲਾਸ ਕਮਲਾ ਕਮਲੇ ਗਾਣਾ ਗਨਕਾ ਗਦਾਰ ਕਰਾਮ ਗਿੱਲ ਗੱਜਵੀਰ ਕਨੀਵ ਗਲਤ ਆਮ ਕਰ ਗੱਤ ਕਈ ਵਾਰੀ ਕਈ ਅੱਖਰਾਂ ਦੇ मीनिंग ਨਹੀਂ ਬਣਦੇ ਹਾਂ ਪਰ ਅਸੀਂ ਸਿਰਫ ਉਸ ਨੂੰ ਉਹਦਾ ਉਚਾਰਨ ਸਮਝਣੋਂ ਆਪ ਤੇ ਉਹਨਾਂ ਅੱਖਰਾਂ ਨੂੰ ਰਿਵਾਈਜ਼ ਕਰਦੇ ਹਾਂ ਕੱਗਾ ਤੇ ਚੱਚੇ ਨਾਲ ਬਣਾਵਾਂਗੇ ਕੱਗੇ ਨਾਲ ਬਹੁਤ ਘੱਟ ਅੱਖਰ ਬਣਦੇ ਹਾਂ ਕਾਰ ਕੱਲ ਕੰਨ ਕਸ ਕੱਤ ਸਮਾਨ ਕੱਗਰ ਚੱਕ ਚੱਖ ਚੱਜ ਚੱਟ ਚੱਠ ਚੰਨ ਚਾਪ ਚੰਬ ਚੰਮ ਚੱਲ ਚਾੜ चन चम्मच, चमचा चमचे चलत, चलते चलना चटनी चने चप्पल चलन चरित्र चिकन चिकना नौजवान बच्चा ਖਾਸ ਕਰ ਬਾਕੀ ਸਾਰਿਆਂ ਨੂੰ ਵੀ ਬੇਨਤੀ ਹੈ ਇਹ ਵਰਤ ਜਿਆਦਾ ਜਿਆਦਾ ਮੈਂ ਤਾਨ ਲਿਖਿਆ ਤੁਸੀਂ ਸਾਰੇ ਸਿਆਣੇ ਬੈਠੇ ਹੋ ਪਰ ਜੇ ਇਹ ਗੁਰਮੁਖੀ 10 12 ਸਾਲ ਤੋਂ ਛੋਟੇ ਬੱਚਿਆਂ ਨੂੰ ਸਿਖਾਣੀ ਹੋਵੇ ਤਾਂ ਵਨ ਟਾਈਮ ਕਦੇ ਵੀ ਇੰਨੇ ਜਿਆਦਾ ਅੱਖਰ ਨਹੀਂ ਲੱਗਣੇ ਚਾਹ ਫਿਜ਼ੀਕਲ ਕਲਾਸ ਹੋਵੇ ਚਾਹ ਜ਼ੂਮ ਕਲਾਸ ਹੋਵੇ ਤਾਂ ਇੱਕ ਸਲਾਈਡ ਦੇ ਉੱਪਰ 1 ਟਾਈਮ ਦੋ ਦ ਤਿੰਨ ਅੱਖਰ ਹੋਣੇ ਚਾਹੀਦੇ ਹਨ ਤਾਂ ਕਿ ਛੋਟੇ ਬੱਚੇ ਉਹਨੂੰ ਸਮਝਣ ਦੇ ਸਮਾਂ ਲੈਂਦੇ ਹੋਣ ਹੁਣ ਅਸੀਂ ਸਮਝਾਂਗੇ ਛੱਥੇ ਅੱਖਰ ਦੇ ਨਾਮ ਛਕ ਛੱਜ ਛੱਟ ਛਠ ਹਾੜ ਛਾਣ ਛਾਤਲ ਥਮ ਛੱਪ ਛਮ ਛਰ ਛਰ ਛਾਉ ਹਾੜ ਛਲ ਛਲਕ ਛਮਕ ਛਨਕ ਛਤਰੀ ਛਿੱਤਰ ਛਿਲਕਾ ਕਿੱਕਾ ਖਿੰਚਨ ਛਪੜੀ ਹੁਣ ਅਸੀਂ ਦਜੇ ਅੱਖਰ ਦੇ ਨਾਲ ਸੰਬੰਧ ਦਾ ਜਤਨ ਕਰਾਂਗੇ ਜਸ ਜੱਕ ਜੱਗ ਜਾਗਤ ਜੱਟ ਜੱਦ ਜਾਣ ਜੱਤ ਜੱਬ ਜਨ ਜੱਪ ਜੱਬ ਜਮ ਜਰ ਜਲ ਜੜ ਜਸ ਦੀ ਜਮਨਾ ਜਪਨਾ ਜਗ ਦੀ ਜ਼ਮੀਰ ਜ਼ਮੀਂਦਾਰ ਜ਼ਮੀਂਦਾਰਾ ਜਮੀਨ ਜਮਨ ਯਰਨ ਜਗਮਗ ਜੰਜੀਰ ਜ਼ਗੀਰ ਜੇਨ ਜਾਨ ਜੀਨ ਅੱਛਾ ਜੇ ਅੱਖਰ ਦੇ ਨਾਲ ਕੁਝ ਹੋਰ ਅੱਖਰ ਸਮਝੰਦਾ ਤਰਨ ਕਰਦੇ ਹਾਂ

ਚਰਨਾ ਚਰਨੇ ਝਗੜ ਝਗੜੇ ਝਗੜਾ ਝਗੜਨ ਚਨਕ ਚਿਰਮਿਲ ਝਿਮ ਝਿਮ ਅਸੀਂ ਸਭ ਤੋਂ ਅਖੀਰ ਵਿੱਚ ਜਦੋਂ ਸਾਰੇ ਵਾਵਲਸ ਖਤਮ ਹੋ ਜਾਣਗੇ ਇਹਨਾਂ ਅੱਖਰਾਂ ਦੇ ਅਸੀਂ ਪੰਜਾਬੀ ਟ੍ਰਾਂਸਲੇਸ਼ਨ ਇੰਗਲਿਸ਼ ਟ੍ਰਾਂਸਲੇਸ਼ਨ ਨੂੰ ਸਮਝੰਦਾ ਚਤਨ ਕਰਾਂਗੇ ਤਾਂ ਕਿ ਇਹ ਅੱਖਰ ਜਦੋਂ ਗੁਰਬਾਣੀ ਦੇ ਵਰਤੇ ਜਾਂਦੇ ਹਨ ਜਾਂ ਆਮ ਪੰਜਾਬੀ ਬੋਲ ਵਿੱਚ ਅਸੀਂ ਵਰਤੇ ਹਾਂ ਤਾਂ ਉਹਨਾਂ ਦੀ ਸਮਝ ਆਵੇਗੀ ਪਰ ਇੱਥੇ ਅਸੀਂ ਕੇਵਲ ਇਹਦਾ ਉਚਾਰਣ ਹੈ ਪ੍ਰੋਨੰਸिएशन ਹੈ ਉਹਦੇ ਵੱਲ ਜ਼ਿਆਦਾ ਧਿਆਨ ਦੇਣਾ ਹੈ ਹਰ ਇੱਕ ਅੱਖਰ ਹਰ ਇੱਕ ਵਾਵਲ ਉਦੀ ਟੌਨ ਪੂਰੀ ਚਰਾ ਧਿਆਨ ਦੇ ਨਾਲ ਸਮਝੀਹਾ ਪੜ੍ਹਨੀ ਹਾਂ ਉਹਨਾਂ ਕੋਲ ਟੰਕੇ ਠੱਠੇ ਡੱਡੇ ਦੇ ਨਾਲ ਅਸੀਂ ਟਰਾਈ ਕਰਾਂਗੇ ਕੁਝ ਅਖੰਡ ਬੋਲਣ ਦਾ ਟੰਕੇ ਨਾਲ ਕਾਸੂ ਕੱਕ ਕੱਡ ਕਾਕਚ ਤੰਨਾ ਤੱਪ ਟੱਫ ਟੱਬ ਤਾਰ ਤਲ ਅਸ ਅਖ ਧਗ ਥਨ ਥਪ ਹਮ ਥਰ ਹਲ ਡੱਡੇ ਨਾਲ ਦਸ ਡਕ ਡਕ ਡਟ ਡੱਡ ਦੰ ਦਪ ਦਵ ਡਬਲ ਦਮ ਦਰ ਦਲ डाव ਹੁਣ ਤਿੰਨ ਤਿੰਨ ਅੱਖਰ ਚਾਰ ਚਾਰ ਅੱਖਰ ਅਤੇ ਵਾਵਲ ਤਨਕ ਤੰ ਤੰ ਟਰੱਕ ਟੱਕਰ ਟਰਟਰ ਤਨਲ

ਤੱਤ ਨ ਪਸ ਪੱਕ ਪੱਪ ਪਦ ਪੰਨ ਤਜ ਪੱਪ ਤੱਪ ਤਬ ਪੰਮ ਪਰ ਪਲ ਪੜ ਪੱਗ ਹੁਣ ਤੱਤ ਦੇ ਨਾਲ ਕੁਝ ਤਿੰਨ ਅੱਖਰਾਂ ਵਾਲੇ ਤੇ ਵਾਵਲਸ ਵਾਲੇ ਮਾਤਰਾਵਾਂ ਵਾਲੇ ਸ਼ਬਦ ਸਿੱਖਣ ਦਾ ਦਤਨ ਕਰਦੇ ਹਾਂ ਪਰਮ ਪਰਣਾ ਤਕਨੀਕ ਤਰਕੀਬ ਤੇਤਰ ਫਿਰਮਿਲ ਪਾਰਿ ਤਾਸੀਰ ਤਾਰੀਖ ਤਿਤਲੀ ਤਾਲੀ ਪੱਕ ਪਾਮਲ ਪਾਮੀਰ ਤਾਲੀਮ ਤਤ ਪਾਕ ਤਸਵੀਰ ਟੱਕੜਾ ਟੱਕਰੀ ਤੱਕੜੇ ਤਸਵੀਰ ਤਦਵੀਰ ਪੀਦ ਪੀ ਤੀਰ ਟਿੱਕ ਵਖਤ ਵਖਤੀ ਤਖਤੇ ਤੇਰਾ ਤੇਰੀ ਸੱਥੇ ਨਾਲ ਹਕ ਹਟ ਹੱਡ ਥੱਬ ਥਮ ਹਰ ਹਲ ਆਉ ਹੜ ਅਸ ਹਰਮਸ ਹਰ ਪਰ ਹਾਲ ਹਾਲੀ ਤਕਾਮ ਕੋਈ ਅੱਖਰ ਧੱਦੇ ਨਾਲ ਤਕ ਤੰਮ ਤੰਮ ਤੱਪ ਆੜ ਅਾਰ ਬਸ ਤਕ ਤਕ ਧਮਨ ਤਰਤ ਤਰਤੀ कुछ अखर नन्ने समझ का जतन करा फिर तंग आ गया इंटरनेट ਗਿਨ ਮਿੰਟ ਨੇੜਤਾ ਨੇਤਰ ਨਿਰਮਲਾ ਨਿੱਕਾ ਨਿਰਮਲੇ ਨਿਸੰਗ ਨਿਮਾਜ ਨਮਾਜ ਨਜ਼ਲਾ ਨਲਕਾ ਨਪੀੜ ਨਰਾ मेरे ने नरम नरमा निरना निरंकार निरवैर निक्का निक्की निके, निकल नस नक् नख नग नंग नच नट नठ नढ नड नग नान नत नथ नब नन नप नव नब नभ नम नार, नाल, नल नाड़, नकल नसल मस्तक, नमन नेरा नेम निमर निम्रत निमरता, निर्मल निम नरपत नलका नवनीत ਨੱਤ ਪਪੇ ਨਾਲ ਅਸੀਂ ਅਗਲੇ ਅੱਖਰ ਸਮਝਾਂਗੇ ਪਸ ਪੱਕ ਅੱਖ ਪਗ ਪੰ ਪਾਤ ਪਛ ਪੱਜ ਪੱਟ ਪਾਠ ਪਾਣ ਪੱਤ पथ पद पाप, पाफ, पब पम पर पाल, पाओ, पार, परम प्रेम परना परवीन पर वी, पर परवीन परवीन पकड़ ਅੱਕਰ ਵਰਬ ਪੇਟ ਅੱਗੋਂ ਅਸੀਂ ਪੱਪੇ ਨਾਲ ਹੋਰ ਅੱਖਰ ਸਮਝਾਂਗੇ ਪਰ ਪੇਰ ਤਰ ਤਿਰ ਪੀਰ ਪੀਕ ਪੀਲ ਪਕਾ ਪਰਾਮ ਪਾਣਾ ਪਾਣੀ ਪੀ ਪਤਲ ਤੀਲੋ ਤੀਲੀ ਪਲਕ ਪਾਲਕ ਪਪੀਤਾ ਪੈਨ ਪਤੰਗ ਫੋਫਨਲ ਕੁਝ ਅੱਖਰ ਫਸ ਪੱਟ ਪੱਡ ਹਨ ਹਨ ਅਬ ਫਾਰ ਪਲ ਪੜ ਫਾਸਟ ਫੇਰ ਫਾਰ ਪਟਨਾ ਫੇਕ ਫੇਲ ਫੇਲ ਫੈਨ ਫੈਨਲ ਪਰ ਪਰੇਮ ਪੇਮਤ ਤਾਮੀਲੀ ਪਰ बब्बे नाल बस बक बग बगग बच बज बड मान बत बक बाद ब बन बव बल बर बब्बे नाल पख पग पज ਪੰਜ ਪੱਟਰ ਪੱਠ ਪੜ ਪਾਣ 10 ਪਦ ਪੰਨ ਪਾਪ ਪਵ ਪਰ ਪੱਲ ਭਾਉ ਬ ਪਰ ਤਾਂ ਹੁਣ ਬੱਬੇ ਬੱਬੇ ਨਾਲ ਅਸੀਂ ਵਾਵਲਸ ਤੇ ਹੋਰ ਅੱਖਰ ਸਮਝਾਂਗੇ ਬੈਪ ਦੇਰ ਬਾਰ ਬਾਰੀ 베ਰੀ ਬਕ ਬਕ ਬ੍ਰੇਕ ਬਲਬ ਬਾਰਕ ਬੈਨਰ ਬਿਕਲ ਬਿਮਲ ਪਰਮਾ ਬਿਜਲੀ ਬਲਬੀਰ ਬशीर ਬਾਰੀਕ ਵਿਕਰਮ ਬਿਕਰਮੀ बिसरत बारिश बिसर बिसरत बीत बीती बात दिन बिस्मिल बिस्मिल्ला बे मिसाल बे गैरत मम्मी अखर दे नाल मस मख मग मघ मच मच मज मध मट मठ मद मण मत मथ मध मध मन मम मार मल माव मय ये ये यास याक, याग याप यो समझा गे ममे नर अखर <clears throat> मल मेल मैल मलना मलक मसर मसेर मसखरा मल, मल, मिलना मिल मिलन, मिलाप मलीन, मनीला मरम मलकियत मिन्नत मित्र मृत मलम मृतक मिसाल मैच मेच मरना रारा लला रस रख रग रंग रच रज रट रण रप रथ रब रब रम रफ रब रम रल राव, लल्ले नाल लक लख लग लग लज लट लट लड लत लद लफ ਲਬ ਲੰਬ ਲਾਰ ਲਾਵ ਦਾੜ ਹੁਣ ਅਸੀਂ ਰਾਰੇ ਦੇ ਨਾਲ ਤਿੰਨ ਤਿੰਨ ਅੱਖਰ ਚਾਰ ਚਾਰ ਅੱਖਰ ਬਣਾਵਾਂਗੇ ਰਸ ਰਸਨ ਰਸਨਾ ਰਮਨ ਰੇਲ ਰੇੜ ਰਿਮ ਰੈਣਾ रिश्ना रेन, रैम रिबन रिच, लक लेख लेख लेखक लिखारी लेट लेटना लाल लाली लमक वाल वस वक वख, वाग, वांग, वाज, वट, वाड, वड, वड, वान, वप, वप, वन, वर, वल, वकत, वकफ, वतन, वापा, वापारा, वेशम, वरल, वखत ਵਚਮ ਵੇਸ ਵਾਬ ਵੇਖ ਵਿਲਿ ਵਿਲਨ ਵਿਸਰ ਵਿਸਾਰ ਵਿਸ ਵਿਸਾਰੀ ਹੁਣ ਅਸੀਂ ਅੱਜ ਜਿਹੜਾ ਨਵਾਂ ਅੱਖਰ ਨਵਾਂ ਵਾਵਲ ਸਮਝਣਾ ਹੈ ਉਹ ਹੈ ਅੰਕੜ ਬਲੈਕੜ ਇਹ ਸ਼ਬਦਾਂ ਦੇ ਪੈਰਾਂ ਦੇ ਚ ਆਵੇਗਾ ਔਂਕੜ ਇੱਕ ਲਾਈਨ ਹੁੰਦੀ ਹੈ ਦਲਾਕੜ ਦੋ ਲਾਈਨਾਂ ਹੋਣਗੀਆਂ ਤਾਂ ਇਹਦੇ ਪਹਿਲਾਂ ਟੋਨ ਸਮਝਾਂਗੇ ਸਭ ਜੋ ਹੈ ਮੁਤਾਬੜਾ ਹੁਣ ਸਸੇ ਨੂੰ ਔਂਕੜ ਬਣੇਗਾ ਸੂ ਤਾਂ ਇਸ ਤਰ੍ਹਾਂ ਤੁਸੀਂ ਸਾਰੇ ਅਲਫਾਬੈਟ ਪਹਿਲਾਂ ਔਂਕੜ ਨਾਲ ਲਿਖ ਕੇ ਬੋਲਨੇ ਨੇ ਸੂ वगैरह वगैरह सारे अल्फाबेट तीन चार छिख लिख के घर प्रैक्टिस करनी है सो रारा फर, सूर कुर ਉਲ ਉਲ ਟੁਲ ਟੂਲ ਗੁਨ ਸਨ ਸੋਣ ਗੁਰ ਗੁਰੂ ਸਰਮਈ ਚੁੱਕ ਚੂਕ ਔਰ ਊਰ ਸੋਲ ਝੂਮ ਰੁਮਾਲ ਕਮਾਲ पुल पशु स्वर्त सूरत मूरत तुमल लुक पुत पूत लूक करतूत मलूक जम्मू जूम कुछ होर अक्षर, औकड़ ਬਲ ਕਰਦੇ ਨਾਲ ਜੁਮਲਾ ਗੁਮਾਂ ਲੁਕਾ ਲੁਕਾਈ ਗੁਰੇ ਆਈ ਪੂਰਾ ਉਰੀ ਪੂਰੀ ਉਰੇ ਉਰਾ ਪੂਰਾ ਪੁਕਾਰ ਪੁਰੀ ਪੁਰੀ ਕੁਰੀਓ ਕੋਰਮ ਕੜ ਮਾਈ ਪੁੱਲ ਪੁੱਲ ਤੇ ਇਹ ਦਰਨਕਨਲ ਇਕਾਵੇਗਾ ਤਾਂ ਬਣਦਾਗਾ ਪੂਲ ਪੁੱਲਣਾ ਪੁੱਲਣ ਪੋਲਣਾ ਪੂਰਨ ਪੂਰਕ ਚੂਰਨ ਮੁੱਲ ਮੂਲੀ ਕੁੱਲ ਕੁਲੀ ਕੁਲਡੀ ਕੂਲ ਜੁਲ ਜੁਲਲੀ ਤਾਂ ਇਸ ਤਰ੍ਹਾਂ ਅਸੀਂ ਅੱਜ ਔਂਕਰ ਔਰ ਦਲੈਕਰ ਵਾਲਾ ਰੂਲ ਸਮਝੰਦਾ ਦਤਨ ਕੀਤਾ ਹੈ ਇੱਥੇ ਸਾਡੀ ਅੱਜ ਦੀ ਜੋ ਪ੍ਰੈਜੈਂਟੇਸ਼ਨ ਹੈ ਉਹ ਖਤਮ ਹੁੰਦੀ ਹੈ ਹੁਣ ਇਸ ਤੋਂ ਬਾਅਦ ਆਪਦੇ ਨਾਲ ਕੁਆਲਜ ਆਫ ਦਾ ਸੈਕਸ਼ਨ ਹੋਏਗਾ ਤੇ ਆਪ ਜੀ ਨੇ ਜੇ ਕਿਸੇ ਦਾ ਕੋਈ ਸਵਾਲ ਹੈ ਤਾਂ ਉਹ ਆਪ ਵੀ ਪੁੱਛ ਸਕਦੇ ਹੋ ਨਹੀਂ ਤੇ ਅਸੀਂ ਜਿਹੜਾ ਹੋਮਵਰਕ ਨਾਲ ਮੈਂ ਤੁਹਾਡੀ ਸਹਾਇਤਾ ਕਰਾਂਗਾ ਤਾਂ ਇੱਥੇ ਅਸੀਂ ਇਹਨੂੰ ਸਮਾਪਤ ਕਰ ਰਹੇ ਹਾਂ ਤੇ ਅਗਲਾ ਸੈਕਸ਼ਨ ਸਵਾਲ ਦਾ ਸ਼ੁਰੂ ਕਰਦੇ ਹਾਂ ਵਾਹ ਗੁਰਜੀਤ ਕਾ ਖਾਲਸਾ ਵਾਹ ਗੁਰਜੀਤ ਕੀ ਫਤਿਹ ਕੋਈ ਵੀ ਅੱਥ ਖੜਾ ਕਰਕੇ ਅਨ ਮਿਊਟ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ ਐਨੀ ਕੁਐਸਚਨ ਯੂ ਹੈਵ ਆਹ ਹੋਮਵਰਕ ਵਿੱਚ ਆਪਦੀ ਨੇ ਆਪਣੇ ਘਰੋਂ ਸਭ ਤੋਂ ਪਹਿਲਾਂ ਔਕੜ ਤੇ ਡੜਾਕੜ ਵਾਲੇ ਸ਼ਬਦ ਜਿਹਨੋਂ ਉਹ ਵਾਤਵਤ ਲਖਰੇ ਹਨ ਅਬਾਊਟ 3 4 5 ਪੇਜ ਬਾਕੀ ਉਸ ਤੋਂ ਬਾਅਦ ਜਿਹੜੇ ਜਨਰਲ ਵਰਡਸ ਹੈ ਉਹ ਜਿਹੜੇ ਬਾਕੀ ਵਾਵਲਸ ਹੈ ਇੱਕ ਇੱਕ ਪੇਜ ਉਹਨਾਂ ਵਾਵਲਸ ਦਾ ਲਿਖਣ ਦਾ ਬੋਲਣ ਦਾ ਯਤਨ ਕਰਨਾ ਹੈ ਤੇ ਜਿਹੜੇ ਹੋ ਸਕੇ ਮੈਂ ਫਿਰ ਬੇਨਤੀ ਕਰਦਾ ਹਾਂ ਨਿਮਰਤਾ ਜੀ ਤੁਸੀਂ ਵੀ ਬਾਕੀ ਸਟੂਡੈਂਟ ਨੂੰ ਕਹਿ ਦੇਣਾ ਵੀ ਉਹ ਥੋੜਾ ਸਿੰਸੀਅਰ ਹੋ ਕੇ ਸਮਝਣ ਨਹੀਂ ਤੇ ਇਸ ਤਰ੍ਹਾਂ ਨਾਲ ਪੰਜਾਬੀ ਸਿਖਾਉਣ ਦਾ ਮੌਕਾ ਜਿਹੜਾ ਹੈ ਬਹੁਤ ਘੱਟ ਮਿਲਦਾ ਹੈ ਤੇ ਟਰਾਈ ਟੂ ਅੰਡਰਸਟੈਂਡ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦਿਓ ਤਾਂ ਜਿੰਨੀ ਗਲਤੀ ਥੋੜਾ ਜਿਹਾ ਸਮਾਂ ਕੱਢ ਕੇ ਜੋ ਹੈ ਉਹ ਇਸ ਸਮੇਂ ਨੂੰ ਯੂਟਿਲਾਈਜ਼ ਕਰੋ ਤਾਂ ਕਿ ਅੱਗੋਂ ਗੁਰਬਾਣੀ ਗੁਰਬਾਣੀ ਜੀਵਨ ਜਾਤ ਗੁਰਬਾਣੀ ਪਾਠ ਸੌਖੇ ਢੰਗ ਨਾਲ ਸਮਝ ਸਕੋਗੇ ਜੀ ਬਾਬਾ ਜੀ ਜੀ ਥੈਂਕ ਯੂ ਸੋ ਮੱਚ ਯਾ ਠੀਕ ਹੈ ਨੋ ਐਨੀ ਕੁਐਸਚਨ ਯੂ ਹੈਵ ਤਾਂ ਪਲੀਜ਼ ਆਪਾਂ ਇੱਥੇ ਇਹਨੂੰ ਖਤਮ ਕਰਾਂਗੇ ਤੇ ਹੁਣ ਯੂ ਐਸ ਏ ਵਿੱਚ ਬੁੱਧਵਾਰ ਸੁਖਮਨੀ ਸਾਹਿਬ ਜੀ ਦੀ ਜੋ ਲੜੀਵਾਰ ਵਿੱਚ ਆਪ ਚੱਲ ਰਹੀ ਹੈ ਉਹਦੇ ਆਪ ਜੀ ਨੇ ਹੱਥ ਵੀ ਪਰਨੀ ਹੈ ਤੇ ਉਹ ਵੀਰਵਾਰ ਇੰਡੀਆ ਹੋਏਗੀ ਵੀਰਵਾਰ ਆਸਟ੍ਰੇਲੀਆ ਹੋਏਗੀ ਤੇ ਮੇਰਾ ਇੱਕ ਸੈਸ਼ਨ ਇੱਥੇ ਯੂ ਐਸ ਏ ਵਿੱਚ ਸੁਖਮਨੀ ਸਾਹਿਬ ਜੀ ਹਾਂਜੀ ਉਹ ਹਾਂਜੀ ਪਾਲ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਧੰਨਵਾਦ ਬਹੁਤ ਵਧੀਆ ਤੇ ਬਹੁਤ ਆਨੰਦ ਆਇਆ ਅੱਜ ਤੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਤੁਹਾਨੂੰ ਹਰ ਪਾਲ ਹਰ ਘੜੀ ਚੜੀਆਂ ਕਲਾ ਬਖਸ਼ੇ ਜੀ ਨੂੰ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤਾਂ ਇੱਕ ਸੈਸ਼ਨ ਸਪੈਸ਼ਲ ਨਿਰਾ ਹੈ ਉਹ ਵੀਰਵਾਰ ਨੂੰ ਸਵੇਰੇ ਯੂਐਫਐ ਟਾਈਮ ਈਸਟਰਨ ਟਾਈਮ 10:32 11:30 ਹੋਵੇਗਾ ਜਿਹੜਾ ਆਸਟ੍ਰੇਲੀਆ ਦੇ ਵਿੱਚ तकरीबन ਰਾਤ ਨੂੰ ਆ ਮਿਡਨਾਈਟ 1 ਵਜੇ ਹੋਵੇਗਾ ਬਹੁਤ ਲੇਟ ਹੋਵੇਗਾ ਆਸਟ੍ਰੇਲੀਆ ਵਾਲਾ ਵਾਸਤੇ ਰਾਤ ਦੇ 1 ਵਜਾਂ ਕੇ ਪਰ ਇੰਡੀਆ ਦੇ ਵਿੱਚ ਜਿਹੜਾ ਹੈ ਉਹ ਸ਼ਾਮ ਦਾ ਸਮਾਂ ਉਹਨਾਂ ਦਾ ਹੋਵੇਗਾ ਉਹ तकरीबन 8:00 ਹੋ ਜੇ ਇੰਡੀਆ 8:00 ਵਜੇ ਵੀਰਵਾਰ ਜਿਹੜੇ ਵੀ ਇਸਾ ਹੋਰ ਸੌਂਦੇ ਨਾਲ ਚਾਹਣਗੇ ਉਹ ਅਟੈਂਡ ਕਰ ਸਕਦੇ ਆ ਅਦਰਵਾਈਜ਼ ਸਾਡਾ ਜੋ ਰੈਗੂਲਰ ਪ੍ਰੋਗਰਾਮ ਹੈ ਬੁੱਧਵਾਰ ਤੇ ਵੀਰਵਾਰ ਜਿਹੜਾ ਹੈ ਉਹ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਨੌਵੀਂ ਅਟਪਦੀ ਆਪ ਜੀ ਨਾਲ ਸੰਜੀ ਕਰਾਂਗੇ ਤਾਂ ਸਾਰੇ ਪ੍ਰੋਗਰਾਮ ਦੇ ਵਿਚਾਰ ਕਰ ਬਿਆ ਹੋਈਆ ਭੁੱਲਾ ਵੀ ਕਿਵਾਂ ਕਰਨ ਸਾਰੇ ਪਿਆਰ ਨਾਲ ਪਤੇ ਦੀ ਸੰਤ ਕਰੋ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਗੁਰਜੀਕੀ ਪ੍ਰਦੇ